ਜੋ ਸਿੰਘ ਸਿੱਧੂ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਪਹੁੰਚ ਗਏ ਨੇ। ਤੁਸੀਂ ਬੱਸ ਦੇਖ ਸਕਦੇ ਹੋ, ਕਾਂਗਰਸੀ ਵਿਧਾਇਕਾਂ ਨੂੰ ਨਾਲ ਲੈ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਦੁਰਗਿਆਣਾ ਤੀਰਥ ਧਾਮ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ। ਰਸਤੇ ਦੇ ਵਿੱਚ ਕਾਂਗਰਸੀ ਵਰਕਰ ਜਿਹੜੇ ਨੇ ਇਹ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੇ ਹਲਕਾ ਰਾਜਾਸਾਂਸੀ ਦੇ ਵਰਕਰ ਨੇ, ਜਿਨ੍ਹਾਂ ਵੱਲੋਂ ਇੱਥੇ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਦਾ। ਕਾਂਗਰਸੀ ਵਰਕਰ ਜਿਹੜੇ ਨੇ ਸੁੱਖ ਸਰਕਾਰੀਆ ਨਵਜੋਤ ਸਿੰਘ ਸਿੱਧੂ ਦੇ ਨਾਲ ਸਨ, ਦਰਬਾਰ ਸਾਹਿਬ ਨਤਮਸਤਕ ਹੋਣ ਗਏ ਸਨ, ਤਾਂ ਪਿੱਛੋਂ ਉਹਨਾਂ ਦੀ ਟੀਮ ਨੇ ਇਸ ਜਗ੍ਹਾ ਦੇ ਉੱਪਰ ਸਵਾਗਤ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਲਰਾਜ ਸਿੰਘ ਸਰਕਾਰੀਆ ਨੇ ਤਾਂ ਢੋਲ ਵਜਾ ਕੇ ਇੱਥੇ ਵੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਹੈ। ਕਾਂਗਰਸੀ ਵਰਕਰਾਂ ਦੀ ਤੁਸੀਂ ਲੰਬੀ ਇੱਕ ਕਤਾਰ ਦੇਖ ਸਕਦੇ ਹੋ, ਵੱਡੀ ਸੰਖਿਆ ਦੇ ਵਿੱਚ ਜਿਹੜੇ ਕਾਂਗਰਸੀ ਕਾਰਕੁਨ ਨੇ ਉਹ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਸਨ। ਸੁੱਖ ਸਰਕਾਰੀਆ ਨਵਜੋਤ ਸਿੰਘ ਸਿੱਧੂ ਦੇ ਬਿਲਕੁਲ ਪਹਿਲੇ ਦਿਨ ਤੋਂ ਹੀ ਜਿਹੜੇ ਨੇ ਨਾਲ ਸੀ, ਨਵਜੋਤ ਸਿੰਘ ਸਿੱਧੂ ਦੇ ਨਾਲ ਡਟੇ ਹੋਏ ਸਨ, ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹਲਕੇ 'ਚ ਆਏ ਨੇ। ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਸੁੱਖ ਸਰਕਾਰੀਆਂ ਨੇ ਕਿ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਦੇ ਪ੍ਰਧਾਨ ਨੇ, ਜੇਕਰ ਉਹ ਸਾਡੇ ਹਲਕੇ 'ਚ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਤਾਂ ਉਸੇ ਹੀ ਐਲਾਨ ਨੂੰ ਜਿਹੜਾ ਐਲਾਨ ਦੇ ਮੁਤਾਬਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਪੰਜਾਬ ਕਾਂਗਰਸ ਦੇ ਪੰਜਾਬ ਸਰਕਾਰ ਦੇ ਅਹਿਮ ਵਜ਼ੀਰ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਦੇ ਹੋਏ ਸੁੱਖ ਸਰਕਾਰੀਆ ਇਹਨਾਂ ਦੇ ਨਾਲ ਸੁੱਖੀ ਰੰਧਾਵਾ ਜਿਹੜੇ ਨੇ ਕੈਬਨਿਟ ਵਜ਼ੀਰ ਉਹ ਵੀ ਨਵਜੋਤ ਸਿੱਧੂ ਦੇ ਨਾਲ ਆਏ ਨੇ, ਤ੍ਰਿਪਤ ਰਜਿੰਦਰ ਬਾਜਵਾ ਵੀ ਅੱਜ ਪਹੁੰਚੇ ਸਨ, ਨਾਲ ਹੀ ਚਰਨਜੀਤ ਸਿੰਘ ਚੰਨੀ ਜਿਹੜੇ ਸੀ ਇਹ ਵੀ ਪਹੁੰਚੇ ਸਨ, ਤਾਂ ਡਾਕਟਰ ਰਾਜ ਕੁਮਾਰ ਵੇਰਕਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਹੁੰਚ ਰਹੇ ਨੇ ਇੱਥੇ ਦੁਰਗਿਆਣਾ ਤੀਰਥ ਦੇ ਧਾਮ ਦੇ ਜਿਹੜੇ ਦਰਸ਼ਨ ਕਰਨ। ਤਾਂ ਸਾਰੇ ਵਿਧਾਇਕ ਜਿਹੜੇ ਨੇ ਇਹ ਹੁਣ ਇੱਥੋਂ ਨਵਜੋਤ ਸਿੰਘ ਸਿੱਧੂ ਪੈਦਲ ਜਿਹੜੇ ਨੇ ਉਹ ਦਰਸ਼ਨ ਕਰਨ ਦੇ ਲਈ ਪਹੁੰਚਣਗੇ। ਰਾਜ ਕੁਮਾਰ ਵੇਰਕਾ ਤਾਂ ਪਿਛਲੇ ਪਾਸੇ, ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਾਂਗਰਸੀ ਵਰਕਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਸਵਾਗਤ ਕਰ ਰਹੇ ਨੇ ਉਹਨਾਂ ਦਾ, ਸਿਰੋ ਪਾਉ ਦੇ ਕੇ ਉਸ ਜਗ੍ਹਾ ਦੇ ਉੱਤੇ ਫੁੱਲਾਂ ਦੀ ਜਿਹੜੀ ਵਰਖਾ ਨਵਜੋਤ ਸਿੰਘ ਸਿੱਧੂ 'ਤੇ ਕੀਤੀ ਜਾ ਰਹੀ ਹੈ। ਸ਼ਾਨਦਾਰ ਸਵਾਗਤ ਨਵਜੋਤ ਸਿੰਘ ਸਿੱਧੂ ਦਾ ਅੱਜ ਰਾਮ ਤੀਰਥ ਪਹੁੰਚਣ 'ਤੇ ਹੋਇਆ ਹੈ। ਦੁਰਗਿਆਣਾ ਮੰਦਿਰ ਵੀ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ ਦੁਰਗਿਆਣਾ ਕਮੇਟੀ ਵੱਲੋਂ, ਤਾਂ ਹੁਣ ਵੀ ਇੱਥੇ ਵੀ ਰਾਮ ਤੀਰਥ ਧਾਮ ਦੇ ਦਰਸ਼ਨ ਕਰਨ ਦੇ ਲਈ ਅੰਮ੍ਰਿਤਸਰ ਦਾ ਅਹਿਮ ਧਾਰਮਿਕ ਸਥਾਨ ਹੈ। ਤਾਂ ਤਿੰਨਾਂ ਅਹਿਮ ਧਾਰਮਿਕ ਸਥਾਨਾਂ ਦੇ ਉੱਤੇ ਨਤਮਸਤਕ ਹੋਣ ਦੇ ਲਈ ਨਵਜੋਤ ਸਿੰਘ ਸਿੱਧੂ ਪਹੁੰਚੇ ਸਨ। ਸਭ ਤੋਂ ਪਹਿਲਾਂ ਦੁਰਗਿਆਣਾ ਦਰਬਾਰ ਸਾਹਿਬ ਜਾਣ ਤੋਂ ਬਾਅਦ ਦੁਰਗਿਆਣਾ ਮੰਦਿਰ ਜਾਣ ਦਾ ਪ੍ਰੋਗਰਾਮ ਅਖੀਰ ਦੇ ਵਿੱਚ ਸੀ, ਪਰ ਨਵਜੋਤ ਸਿੰਘ ਸਿੱਧੂ ਦੁਰਗਿਆਣਾ ਮੰਦਿਰ ਨਾਲ ਹੀ ਹੋ ਆਏ ਨੇ ਦੂਸਰੇ ਨੰਬਰ 'ਤੇ। ਤਾਂ ਹੁਣ ਇੱਥੇ ਦੁਰਗਿਆਣਾ ਮੰਦਿਰ ਤੋਂ ਬਾਅਦ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਰਾਮ ਤੀਰਥ ਧਾਮ ਦੀਆਂ ਨੇ। ਰਾਮ ਤੀਰਥ ਦੇ ਵਿਖੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਦੇ ਵਿੱਚ ਇੱਥੇ ਜਿਹੜੇ ਨੇ ਉਹ ਸਵਾਗਤ ਕਰ ਰਹੇ ਨੇ ਕਾਂਗਰਸੀ ਵਰਕਰ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਦਾ। ਤਾਂ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਜਿਹੜੇ ਨਾਅਰੇ ਨੇ ਉਹ ਲਵਾਏ ਜਾ ਰਹੇ ਨੇ। ਸੁਨੀਲ ਜਾਖੜ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਜਿਹੜੇ ਨੇ ਅਹੁਦਾ ਛੱਡ ਰਹੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸੀ ਵਰਕਰਾਂ ਦੀ ਟੀਮ ਨਾਲ ਇਸ ਪਾਸੇ ਜਿਹੜੇ ਵਿਧਾਇਕ ਨੇ ਉਹ ਵੀ ਪੈਦਲ ਜਿਹੜੇ ਨੇ ਆ ਰਹੇ ਨੇ। ਸੁਨੀਲ ਜਾਖੜ ਲਗਾਤਾਰ ਲੋਕਾਂ ਦਾ ਅਭਿਵਾਦਨ ਜਿਹੜਾ ਹੈ ਉਹ ਸਵੀਕਾਰ ਕਰ ਰਹੇ ਨੇ। ਕਾਂਗਰਸੀ ਵਿਧਾਇਕ ਵੀ ਨਾਲ ਚਰਨਜੀਤ ਸਿੰਘ ਚੰਨੀ ਕੈਬਨਿਟ ਵਜ਼ੀਰ ਤੁਸੀਂ ਦੇਖ ਸਕਦੇ ਹੋ ਪਿੱਛੇ। ਤਾਂ ਫੁੱਲਾਂ ਦੀ ਵਰਖਾ ਸੁਨੀਲ ਜਾਖੜ ਦੇ ਉੱਪਰ ਜਿਹੜੀ ਕੀਤੀ ਜਾ ਰਹੀ ਹੈ, ਤਾਂ ਉਹਨਾਂ ਦਾ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਉੱਪਰ ਜਿਹੜੀ ਹੈ ਉਹ ਕੀਤੀ ਜਾਵੇ। ਤਾਂ ਇੱਕ ਵਧੀਆ ਮੈਸੇਜ ਸੁਨੀਲ ਜਾਖੜ ਨੇ ਵੀ ਦਿੱਤਾ ਹੈ, ਇਕਜੁੱਟਤਾ ਦਾ ਜਿਹੜਾ ਪ੍ਰਗਟਾਵਾ ਕੀਤਾ ਹੈ, ਕਿਉਂਕਿ ਅਹੁਦਾ ਛੱਡ ਰਹੇ ਸੀ ਸੁਨੀਲ ਜਾਖੜ। ਤਾਂ ਇੱਕ ਰਸਮ ਹੁੰਦੀ ਹੈ ਜਿੰਨਾ ਚਿਰ ਤੱਕ ਨਵਾਂ ਪ੍ਰਧਾਨ ਚਾਰਜ ਨਹੀਂ ਲੈਂਦਾ, ਤਾਂ ਉਹ ਇੱਕ ਵਧੀਆ ਮੈਸੇਜ ਦੇ ਰਹੇ ਨੇ ਸੁਨੀਲ ਜਾਖੜ ਕਿ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੈ। ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਹ ਲੰਬਾ ਸਮਾਂ ਪ੍ਰਧਾਨ ਰਹੇ, ਤਾਂ ਹੁਣ ਉਹਨਾਂ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਚਿਹਰੇ ਨੇ। ਪਹਿਲਾਂ ਇੱਕ ਲੰਬਾ ਸਮਾਂ ਦੇਸ਼ ਦੇ ਲਈ ਕ੍ਰਿਕਟ ਖੇਡੀ ਕ੍ਰਿਕਟ ਸੁਨੀਲ ਤੱਤੀ ਵਿਧਾਇਕ ਤੁਸੀਂ ਦੇਖ ਸਕਦੇ ਹੋ, ਤਾਂ ਤਮਾਮ ਵੱਡੀ ਸੰਖਿਆ 'ਚ ਵਿਧਾਇਕ ਅੱਜ ਅੰਮ੍ਰਿਤਸਰ ਪਹੁੰਚੇ ਸਨ ਨਵਜੋਤ ਸਿੰਘ ਸਿੱਧੂ ਦੇ ਘਰ। ਅੱਜ ਸਵੇਰ ਤੋਂ ਹੀ ਕਾਂਗਰਸੀ ਵਿਧਾਇਕਾਂ ਦਾ ਤਾਂਤਾ ਜਿਹੜਾ ਸੀ ਉਹ ਲੱਗ ਰਿਹਾ ਸੀ, ਤਾਂ ਬੱਸ ਦੇ ਵਿੱਚ ਬੈਠ ਕੇ ਕਾਂਗਰਸੀ ਸਾਰੇ ਵਿਧਾਇਕ
अज कठे हो गए कितना कि अज एक शक्ति प्रदर्शन भी नवजोत सिंह सिद्धू ने कर दिता है कि जिहड़े विधायक ने बहुत सारे उन्होंने नाल ने हालांकि कोई गल नवजोत सिंह सिद्धू ने खुल के कोई पोलीटिकली गल जी है वह नहीं की पर एक मैसेज सामने नवजोत सिंह सिद्धू तुसी देख सकते हो फुलां दी वर्खा नवजोत सिंह सिद्धू के उपर हो रही है। डैनी बंडाला पंजाब कांग्रेस के कार्यकारी जिहड़े प्रधान ने डैनी बंडाला वह भी नाल सी कुलजीत नागरा सामने तुसी देख सकते हो वह भी नवजोत सिंह सिद्धू के नाल दविंदर घबाया सवेर तो ही नवजोत सिंह सिद्धू के नाल सन दविंदर घबाया जिहड़े ने फाजिलका तो विधायक उन्होंने पिता शेर सिंह घबाया भी पहुँचे सन तो दलराज सरकारिया अगले पासे सुख सरकारिया पंजाब कांग्रेस पंजाब के कैबिनेट वजीर नवजोत सिंह सिद्धू का स्वागत खुद अगवाई कर रहे हैं स्वागत कर रहे हैं तो सुख सरकारिया ने नवजोत सिंह सिद्धू का स्वागत का पहला ऐलान किया शानदार स्वागत पंजाब प्रदेश कांग्रेस कमेटी के प्रधान जिहड़े बने ने कैबिनेट मंत्री पंजाब के सबका नवजोत सिंह सिद्धू तो सुख सरकारिया भी हाथ ला के वर्करां दा जिहड़ा आ धन्नवाद कर रहे सन ते कुलजीत नागरा तुसी देख सकते हो जिहड़े ने सुख सरकारिया दे नाल फुल्लां दी वर्खा जिहड़ी इह कीती जा रही है राह बनाउण दी कोशिश जिहड़ी उह लगातार कर रहे हैं क्योंकि पैर से जी सट लगी है तो नवजोत सिंह सिद्धू सारे ही कांग्रसी वर्करों के कोलों किसी को भी निराश नहीं कर रहे सारे के कोलों हार जिहड़े ने अक्सैप्ट कर रहे ने तो वड्डी संख्या के विच कांग्रसी विधायक जिहड़े कांग्रसी आगू जिहड़े ने कांग्रसी विधायक नवजोत सिंह सिद्धू दे नाल हन दुर्गियाणा तीर्थ के जिहड़े दर्शन करन दे लई नवजोत सिद्धू जिहड़े ने पहुँचे ने सुख सरकारिया ने वड्डी संख्या के विच कांग्रसी वर्कर जिहड़े पहुँच गए उन्हां दा स्वागत किया फुलां की वर्खा लगातार नवजोत सिंह सिद्धू के उपर हो रही है। तरसेम सिंह डीसी जिहड़े ने विधायक अटारी तो ने वह भी नवजोत सिंह सिद्धू के नाल ने तमाम कांग्रसी विधायक जिहड़े ने वह लगातार ही सिद्धू के नाल जिहड़े ने चल रहे ने तो इस पासे कांग्रसी वर्कर जिहड़े ने अमृतसर के जिहड़े वर्कर ने वह लगातार चारे पासे तो फुलां की वर्खा जिहड़ी है वह नवजोत सिंह सिद्धू के उपर हो रही है। सुखविंदर सिंह डैलीवा बरिंदरजीत सिंह पाड़ा जिहड़े ने बरिंदरजीत सिंह पाड़ा वह भी कांग्रसी वर्करां दे नाल नवजोत सिंह सिद्धू हाथ ला के धन्नवाद कर रहे ने कांग्रसी विधायक बरिंदरजीत सिंह पाड़ा समेत सारे ही कांग्रसी कारकुन जिहड़े ने कांग्रसी विधायक सवेर तो ही नवजोत सिंह सिद्धू दे नाल वड्डी संख्या दे विच अज नवजोत सिंह सिद्धू ने अमृतसर के तिना तीर्थ स्थाना का जड़े ने नतमस्तक होना है महत्वपूर्ण तीर्थ स्थान जोड़े ती अहम ने तो सचखंड श्री हरिमंदर साहब तो बाद नवजोत सिंह सिद्धू के स्वागत दिया सीधिया तस्वीर तुसी देख सकते हो एक जबरदस्त स्वागत जड़े ने सुख सरकार गया खुद भी बड़े जड़े ने खुश इतने दिखाई दे रहे हैं क्योंकि उन्होंने वालों शानदार स्वागत जिहड़ा नवजोत सिंह सिद्धू का किया है कांग्रसी जिहड़े सरपंच ने पंचे सरपंच ने उन्होंने नाल लैके जा रहे ने नवजोत सिद्धू ये दुर्गियाणा तीर्थ धाम दियां सीधियां तस्वीरां ने जिथे देख सकते हो कुलजीत नागरा खुद जदोजहद कर रहे ने कि नवजोत सिंह सिद्धू के जिहड़ी पैर ते जिहड़ी सट लगी है तो हाथ ला के स्वीकार कर रहे ने तो नवजोत सिंह सिद्धू का स्वागत इस पासे जिहड़ा वर्कर कंधा दे उत्ते खड़े ने तो नवजोत सिंह सिद्धू हाथ ला के वह पुराने क्रिकेटर वांग एक क्रिकेटर के वजो जिमें नवजोत सिंह सिद्धू हमेशा स्टेज तो एक इशारा करते सन तो वह ही देख के उन्होंने किया तो जबरदस्त स्वागत कांग्रसी वर्करां नाल हाथ मिलाते हुए तो दुर्गियाणा तीर्थ धाम दे वल वधदे हुए शानदार स्वागत नवजोत सिंह सिद्धू का कांग्रसी विधायक सारे ही नवजोत सिंह सिद्धू के नाल ते दुर्गियाणा तीर्थ धाम सवेर तो ही जिहड़ा एक माहौल सी इत्थे बणिया होया सी उसे तरह का माहौल हुण भी बरकरार है। नवजोत सिंह सिद्धू दे मगर वहीरां कत्त के जिहड़े कांग्रसी वर्कर ने वह भी पहुँच रहे ने कांग्रसी विधायक भी जिहड़े ने वह भी नाल ने इस जगह के उपर भी तुसीं भीड़ देख सकते हो कि नवजोत जिहड़ी पुलिस स्थानक पुलिस है उन्होंने भी काफ़ी मशक्कत जिहड़ी आ ਉਹ ਕਰਨੀ ਪੈ ਰਹੀ ਹੈ। ਕਾਂਗਰਸੀ ਵਰਕਰ ਜਿਹੜੇ ਨੇ ਬਹੁਤ ਜ਼ਿਆਦਾ ਉਤਸ਼ਾਹ ਦੇ ਵਿੱਚ ਨੇ। ਡਾਕਟਰ ਰਾਜਕੁਮਾਰ ਵੇਰਕਾ ਗੇਟ 'ਤੇ ਖਲੋ ਕੇ ਸਵਾਗਤ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਰਾਜਕੁਮਾਰ ਵੇਰਕਾ ਖੁਦ ਸਵਾਗਤ ਕਰ ਰਹੇ ਨੇ ਦੁਰਗਿਆਣਾ ਤੀਰਥ ਧਾਮ ਪਹੁੰਚਣ 'ਤੇ ਜਿਹੜੇ ਵਾਲਮੀਕੀ ਤੀਰਥ ਸਥਾਨ ਹੈ ਪਾਵਨ ਵਾਲਮੀਕੀ ਤੀਰਥ ਸਥਾਨ ਰਾਮ ਤੀਰਥ ਵਿਖੇ
ਤਾਂ ਡਾਕਟਰ ਰਾਜਕੁਮਾਰ ਵੇਰਕਾ ਪਹਿਲਾਂ ਅੱਗੇ ਆ ਗਏ ਸਨ ਤੇ ਉਹਨਾਂ ਨੇ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਪਰ ਸਵਾਗਤ ਕੀਤਾ ਦੁਰਗਿਆ ਜਿਹੜੀ ਰਾਮ ਤੀਰਥ ਧਾਮ ਦੀ ਜਿਹੜੀ ਕਮੇਟੀ ਹੈ ਉਸ ਵੱਲੋਂ ਵੀ ਜਿਹੜਾ ਸਵਾਗਤ ਹੈ ਉਹ ਨਵਜੋਤ ਸਿੱਧੂ ਦਾ ਕੀਤਾ ਗਿਆ ਰਾਜਕੁਮਾਰ ਤਾਂ ਇੱਕ ਸਵੇਰ ਤੋਂ ਹੀ ਜਿਹੜਾ ਮਾਹੌਲ ਬਣਿਆ ਸੀ ਉਹ ਅਜੇ ਵੀ ਬਰਕਰਾਰ ਹੈ ਨਵਜੋਤ ਸਿੰਘ ਸਿੱਧੂ ਪੂਰੇ ਜਾਹੋ ਜਲਾਲ ਦੇ ਨਾਲ ਜਿਹੜੇ ਨੇ ਇੱਥੇ ਪਹੁੰਚੇ ਨੇ ਉਹਨਾਂ ਦਾ ਰਾਮ ਤੀਰਥ ਪਹੁੰਚਣ 'ਤੇ ਵੀ ਜਿੱਥੇ ਕਾਂਗਰਸੀ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ ਸੁੱਖ ਸਰਕਾਰੀਆਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ABP ਸਾਂਝਾ ਅੰਮ੍ਰਿਤਸਰ ABP ਸਾਂਝਾ ਜੋਸ਼ ਜਜ਼